ਅਸਲਾਮ ਅਲੈਕੁਮ, ਤੁਸੀਂ ਸਾਰੇ ਦੇ ਯੂਟਿਊਬ ਚੈਨਲ ਲਈ ਅਦਾ ਕਰੀ ਅਤੇ ਮੈਂ ਤੁਹਾਡਾ ਦੋਸਤ ਹਾਜੀ ਮੁਹੰਮਦ। ਅੱਜ ਤਰੀਖ ਵੇ 20/6/2024, 6:01 ਹੁੰਦਾ ਪਏ ਦੇਖੋ, ਠੀਕ ਹੈ। ਇਹ ਮੈਂ ਬੱਕਰੀਆਂ ਸੇਲ ਕਰਨੀਆਂ ਨੂੰ, ਠੀਕ ਹੈ। ਮਾਸ਼ਾਅੱਲਾ ਜ਼ਬਰਦਸਤ ਬੱਕਰੀਆਂ, ਅੱਜ ਮੈਂ ਸਪੈਸ਼ਲ ਤੁਹਾਨੂੰ ਆਫਰ ਦੇਵਣ ਲੱਗਾ। ਜਿਹੜਾ ਗਿਨਵੈਸੀ, ਜਿਹੜਾ ਨਾ ਗਿਨ ਸੀ ਹੁੰਦੀ ਆਪਣੀ ਕਿਸਮਤ। ਬਾਰ ਬਾਰ ਤੁਸੀਂ ਕਮੈਂਟ ਕਰਦੇ ਕਈ ਬਾਈ ਅਦਨ ਯਾਰ ਰੇਟ ਬਹੁਤ ਜ਼ਿਆਦਾ। ਅੱਜ ਮੈਂ ਤੁਹਾਨੂੰ ਜਿਹੜਾ ਰੇਟ ਦੇਣਾ ਪਈਆਂ ਅੱਗਾ ਤੁਹਾਡੇ ਆਪਣੇ ਨਸੀ, ਠੀਕ ਹੈ। ਆ ਬਾਈ, ਅੱਛਾ ਪਹਿਲੇ ਇਹ ਬੱਕਰੀ, ਇਹ ਪਹਿਲਾ ਵਾਰ ਸੋਈ ਖੜੀ ਹੈ ਮਾਸ਼ਾਅੱਲਾ। ਇਹ ਦੇਖੋ, ਇਹ ਥਾਂ ਡਿਵੈਸ, ਇਹ ਪਹਿਲਾ ਵਾਰ ਸੋਈ ਖੜੀ ਹੈ, ਠੀਕ ਹੈ। ਇਹਦਾ ਹਵਾਨਾ ਦੇਖੋ, ਮਾਸ਼ਾਅੱਲਾ ਤਕੜਾ, ਠੀਕ ਹੈ। ਥੱਲੇ ਦੋ ਮਾਦੀਆਂ, ਇਹ ਕੱਲ ਸੋਈ ਹੈ, ਠੀਕ ਹੈ। ਮਾਦੀ ਇਹ ਪਈ ਹੈ, ਇਹ ਥੋੜ੍ਹੀ ਜਿਹੀ ਕਮਜ਼ੋਰ ਹੈ, ਹੁਣ ਸੈੱਟ ਹੈ ਬਈ। ਮਾਦੀ ਇਹ ਜਿਹੜੀ ਦੁੱਧ ਪੀਂਦੀ ਪਈ ਹੈ, ਠੀਕ ਹੈ। ਇਹ ਮੈਂ ਤੁਹਾਨੂੰ ਦੇਸਾਂ ਸਿਰਫ ਦੋ ਮਾਦੀਆਂ ਦੇ ਨਾਲ 1,10,000 ਰੁਪਏ 'ਚ। ਵਲਾ ਦੇਖ ਗਿਨੋ, 1,10,000 ਰੁਪਏ 'ਚ। ਇੱਕ ਦਫ਼ਾ ਜਿੱਥੇ ਕੋਈ ਉਹ ਥੀਂਦਾ ਪਏ, 1,10,000 ਵਿੱਚ ਇਹ ਮੈਂ ਦੇਸਾਂ, ਠੀਕ ਹੈ। ਦੋ ਮਾਦੀਆਂ ਦੇ ਨਾਲ ਪਹਿਲਾ ਵਾਰ ਸੋਈ ਖੜੀ ਹੈ ਮਾਸ਼ਾਅੱਲਾ, ਦੇਖੋ ਹਵਾਨਾ, ਠੀਕ ਹੈ। ਦੋ ਮਾਦੀਆਂ, ਇੱਕ ਉਹ ਮਾਦੀ, ਇੱਕ ਇਹ ਮਾਦੀ, 1,10,000 ਰੁਪਏ 'ਚ ਤੁਹਾਨੂੰ ਮੈਂ ਦੇ ਦੇਸਾਂ। ਸਕਰੀਨ ਸ਼ਾਟ ਮੇਰੇ ਸੋ ਤੇ ਇਨਸ਼ਾਅੱਲਾ ਸੌਦਾ ਤੀ ਵੇ। ਆ ਬਾਈ, ਅੱਛਾ ਜਿਹੜੀ ਇਹ ਮਾਦੀ ਖੜੀ ਹੈ, ਇਹ ਲਾਲ ਕਲਰ ਵਾਲੀ, ਠੀਕ ਹੈ। ਇਹ ਮਾਦੀ ਸੇਲ ਹੋ ਚੁੱਕੀ ਹੈ, ਕੁਇਟੇ ਦਾ ਭਾਈ ਹੈ, ਊਂ ਗਿਣ ਗੀ ਦੀ ਹੈ। ਇਹ ਮਾਦੀ ਵਾਸਤੇ ਕੋਈ ਵੀ ਰਾਹ ਸਕਰੀਨ ਸ਼ਾਟ ਨਾ ਮਰੇ ਸੀ। ਆਓ ਬਈ ਅੰਦਰ। ਅੱਛਾ ਜੀ, ਇਹ ਨਰ, ਠੀਕ ਹੈ, ਇਹ ਨਰ ਅੱਗਾ ਗਿਨਾ, ਇਹ ਨਰ, ਇਹ ਬੱਕਰੀ, ਇਹ ਇਸੇ ਦਾ ਬੱਚਾ ਹੈ। ਇਹਦਾ ਹਵਾਨਾ ਦਿਖਾ ਬਾਈ, ਮਾਸ਼ਾਅੱਲਾ ਇਹਦਾ ਹਵਾਨਾ ਚੈੱਕ ਕਰੋ, ਠੀਕ ਹੈ। ਇਹ ਇਸੇ ਦਾ ਬੱਚਾ ਹੈ, ਠੀਕ ਹੈ। ਚੈੱਕ ਕਰਾ ਬਈ ਜੋੜ ਕੇ। ਇਹਦਾ ਤਕਰੀਬਨ ਪਹਿਲੇ 4.5 ਲੀਟਰ ਦੁੱਧ ਹੈ, ਹੁਣ ਕੰਮ ਥੀ ਗਿਆ ਦੁੱਧ, ਠੀਕ ਹੈ। ਗਰਮੀ ਦੀ ਵਜ੍ਹਾ ਨਾ ਬੱਕਰੀ ਚਾਰਾ ਕਰਦੀ ਹੈ ਅਤੇ ਨਾ ਹੀ ਦੁੱਧ ਵਧਾਉਂਦੀ, ਕਿਉਂਕਿ ਬੱਕਰੀ ਚਾਰਾ ਕਰ ਸੀ ਤਾਂ ਦੁੱਧ ਵਧਾ ਸੀ, ਠੀਕ ਹੈ। ਇਹ ਜੋੜਾ ਤੁਹਾਨੂੰ ਮਿਲ ਸੀ, ਇਹ ਬੱਕਰੀ, ਇਹ ਬੱਕਰੀ, ਠੀਕ ਹੈ। ਇਹ ਤੁਹਾਨੂੰ ਜੋੜਾ ਮਿਲ ਸੀ ਸਿਰਫ ਫਾਈਨਲ ਇਹਦੇ ਤਲੇ, ਠੀਕ ਹੈ। ਲੈਣ ਦੇਵੇ, ਇਹ ਮਾਸ਼ਾਅੱਲਾ ਗੱਬਣ ਬੱਕਰੀ ਹੈ, ਠੀਕ ਹੈ, ਬਿਲਕੁਲ ਗੱਬਣ, ਠੀਕ ਹੈ। ਇੱਥੇ ਇਹ ਨਹੀਂ ਨੱਪੀਂਦਾ ਬੱਚਿਆਂ ਕੋਲ, ਕੰਨ ਕੋਲੋਂ। ਇਹ ਮਾਸ਼ਾਅੱਲਾ ਇਹ ਤਲੇ ਨਾ ਰਹੇ, ਇਹ ਦੇਖੋ, ਠੀਕ ਹੈ। ਇਹ ਤਲੇ ਨਾਰੇ, ਇਹ ਗੱਬਣ ਬੱਕਰੀ, ਠੀਕ ਹੈ। ਇਹਦਾ ਤਕਰੀਬਨ 3.5-4 ਲੀਟਰ ਦੁੱਧ ਹੈ ਦੋਹਾਂ ਟਾਈਮਾਂ ਦਾ। ਦੁੱਧ ਕੰਮ ਕਰ ਗਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ। ਇਹ 3.5 ਮਹੀਨਿਆਂ ਦੀ ਗੱਬਣ, 1 ਲੀਟਰ ਦੁੱਧ ਹੈ। ਇਹਦਾ ਹਵਾਨਾ ਲਿਖਾ, ਠੀਕ ਹੈ। ਇਹ ਦੋਵਾਂ ਤੁਹਾਨੂੰ ਮਿਲ ਵੈਸੇ ਹਨ, ਸਿਰਫ ਇਹ 3 ਨਾਗ ਬਣਦੇ ਪੈਣ, ਇੱਕ ਗੱਬਣ ਬੱਕਰੀ, ਇੱਕ ਸੋਈ ਹੋਈ। ਸਿਰਫ ਮੈਂ ਰਿਆਇਤ ਨਾ ਕਰੇ ਸਾਂ, ਬਿਸ਼ੱਕ ਕਮੀ ਪੇਸ਼ੀ ਵਾਲਾ ਕੋਈ ਫਿਰਾ ਫੋਨ ਨਾ ਕਰੇ ਸੀ। 1,90,000 ਰੁਪਏ 'ਚ ਇਹ 3 ਨਗ, 1,90,000 ਰੁਪਏ 'ਚ ਇੱਕ ਦੁੱਧ ਵਾਲੀ ਬੱਕਰੀ, ਇਹ ਗੱਬਣ ਬੱਕਰੀ, ਠੀਕ ਹੈ।
190,000 ਰੁਪਏ ਜੇ ਮੈਂ ਦੇ ਦੇਸਾਂ, ਠੀਕ ਹੈ, ਗੁਲਾਰੀ ਖਾ ਵੀ ਜੋੜ ਕੇ 190,000 ਇੱਕ ਇਹ ਬੱਕਰੀ, ਇੱਕ ਇਹ ਬੱਕਰੀ, ਠੀਕ ਹੈ, ਅਗਰ ਇਹਨਾਂ 'ਚ ਕੋਈ ਇਕੱਲੀ ਬੱਕਰੀ ਗਿਣਸੀ 90,000 ਦੀ ਇਹ ਦੇ ਸਾਂ, ਠੀਕ ਹੈ, 100,000 ਰੁਪਏ ਦੀ ਇਹ ਬੱਕਰੀ ਦੇ ਸਾਂ, ਮੈਂ ਕਮੀ ਪੇਸ਼ੀ ਨਾ ਕਰੇ ਸਾਂ, ਬਿਲਕੁਲ ਮੈਂ ਪਹਿਲੇ ਆਦਾ ਖਾਣਾ, ਠੀਕ ਹੈ, 90,000 ਰੁਪਏ ਦੀ ਇਹ ਦੇ ਸਾਂ ਗੱਭਣ, ਦੁੱਧ ਵੀ ਇਹ 1 ਲੀਟਰ, ਇਹ ਬੱਚੇ ਦੇ ਨਾਲ ਇਹ ਬੱਕਰੀ, ਠੀਕ ਹੈ, 100,000 ਰੁਪਏ ਦੀ ਦੇ ਸਾਂ, ਬੰਦ ਕਰ ਬੱਚੇ ਬੈਰ ਬੰਦ ਕਰ ਬਈ। ਅੱਛਾ ਇਹ ਬੱਕਰੀ ਮਾਸ਼ਾਅੱਲਾ ਇਹਦਾ ਹਵਾਨਾ ਦਿਖਾ ਬਈ, ਇਹ ਮੁਹੰਮਦ ਸ਼ਹਿਜ਼ਾਦ ਹਰੀਪੁਰਾ ਲੈਂਦੀ ਬੱਕਰੀ ਏ, ਇਹ ਸੇਲ ਹੋਈ ਹੋਈ ਹੈ, ਠੀਕ ਹੈ, ਇਹਦੀ ਬਿਲਕੁਲ ਤੁਸੀਂ ਸਕਰੀਨ ਸ਼ਾਟ ਨਾ ਮਰੇ ਸੋ, ਠੀਕ ਹੈ, ਇਹਦਾ ਬਿਲਕੁਲ ਸਕਰੀਨ ਸ਼ਾਟ ਤੁਸੀਂ ਨਾ ਮਰੇ ਸੋ, ਇਹ ਮੁਹੰਮਦ ਸ਼ਹਿਜ਼ਾਦ ਹਰੀਪੁਰਾ ਲਾਂਦੀ ਏ, ਉਹਨਾਂ ਦੀ ਪੇਮੈਂਟ ਇਨਸ਼ਾਅੱਲਾ ਕਲੀਅਰ ਹੋਵੇ ਸੀ, ਵੱਧ ਇਨਸ਼ਾਅੱਲਾ ਸੌਦਾ ਕਰ ਗਏ ਸੀ, ਪਰਲੀ ਨਾ ਪਾ। ਅੱਛਾ ਇਹ ਇੱਕ ਬੱਕਰੀ ਗੱਭਣ 3-3.5 ਮਹੀਨਾ ਦੀ ਹੈ, ਠੀਕ ਹੈ, ਇਹ ਬੱਕਰੀ ਵੀ 2-2.5 ਮਹੀਨਾ ਦੀ ਗੱਭਣ, ਇਹਦਾ ਹਵਾਨਾ ਦਿਖਾ ਬਈ, ਉਹਦਾ ਹੀ ਹਵਾਨਾ ਦਿਖਾ ਜੋੜ ਕੇ, ਇਹ ਦੇਖੋ, ਠੀਕ ਹੈ, ਇਹ 12 ਦੂਜਾ ਜੂਦਾ ਗੱਭਣ ਹੋਈਆਂ ਖਣੀ, ਇਹਦੇ ਥੱਲੇ ਇਹ ਮਾਦੀ ਹੈ, ਇਹ 3 ਨਾਗ ਦੁਆ ਕੋ ਦੇਸਾਂ ਫਾਈਨਲ, ਠੀਕ ਹੈ, ਇਹ ਵੀ 1,95,000 ਰੁਪਏ 'ਚ, 3 ਨਗ 1,95,000 ਰੁਪਏ 'ਚ, ਇਹ ਵੀ ਗੱਭਣ ਬੱਕਰੀ, ਇਹ ਵੀ ਗੱਭਣ ਬੱਕਰੀ, ਠੀਕ ਹੈ, ਇਹ ਵੀ ਦੂਜਾ ਵਾਰਾ, ਇਹ ਵੀ ਦੂਜਾ ਵਾਰਾ, ਇਹ 1.5-2 ਲੀਟਰ ਦੁੱਧ ਹੈ, ਇਹਦਾ 1 ਲੀਟਰ ਦੁੱਧ ਹੈ, ਦੋਵਾਂ ਟਾਈਮਾਂ ਦਾ ਸੁਬਹਾ ਸ਼ਾਮ, ਲੇਕਿਨ ਇਹ 2-2.5 ਮਹੀਨਾ ਦੀ ਗੱਭਣ, ਇਹ ਮੇਰੀ ਗਰੰਟੀ ਹੋ ਸੀ, ਇਹ 3-3.5 ਮਾਂ ਦੀ ਗੱਭਣ ਹੈ, ਇਹਦੇ ਥੱਲੇ ਇਹ ਮਾਦੀ, ਇਹ ਮਾਦੀ ਵੀ ਇਸੇ ਦੀ ਹੈ, ਠੀਕ ਹੈ, ਠੀਕ ਹੈ, ਇਹਦੇ ਸਕਰੀਨ ਸ਼ਾਟ ਮਰੇ ਸੋ ਤਿੰਨ ਸ਼ਾਲਾ ਸੌਦਾ ਥੀ ਵੈਸੀ ਵਾਲਾ ਤੋਂ ਇਕੱਲੀ ਦੱਸਾਂ, ਅਗਰ ਇਹ ਇਕੱਲੀ ਗਿਣਸੋ ਤਾਂ ਇਹ ਗਿਣਸੋ ਮਾਦੀ, ਅਤੇ ਤੁਹਾਕੂ ਦੇਸਾਂ 100,000 ਰੁਪਏ ਦੀ, ਇਹ ਇਕੱਲੀ ਬੱਕਰੀ ਗਿਣਸੋ ਤੁਹਾਕੂ ਦੇਸਾਂ 95,000 ਰੁਪਏ ਸੀ, ਸਕਰੀਨ ਸ਼ਾਟ ਇਹ 'ਚ ਤੁਸੀਂ ਕਮੀ ਨਾ ਕਰੇ ਸੋ ਇਨਸ਼ਾਅੱਲਾ ਮੈਂ ਸੌਦਾ ਹੀ ਕਮੀ ਨਾ ਕਰੇ ਸਾਂ, ਅਤੇ ਮੈਂ ਜਿਹੜੀਆਂ ਕੀਮਤਾਂ ਦੱਸਿਆ ਖੜਾ ਇਹ ਪਿਆਰ ਮੁਹੱਬਤ ਬਿਲਕੁਲ ਨਾ ਕਰੇ ਸਾਂ, ਵੀ ਸ਼ੱਕ ਰਾਬਤਾ ਕਰੋ ਅਤੇ ਭਾਵੇਂ ਨਾ ਕਰੋ। ਇੱਕ ਮੈਂ ਨਾਪ ਗਿਣਨਾ, ਤੂੰ ਦਾ ਉਹ ਫਲ ਨਾਪ। ਅੱਛਾ ਜੀ ਇਹ 2 ਬੱਕਰੀਆਂ, ਠੀਕ ਹੈ, ਇਹ ਤਰੋਕੜ ਹੈ, ਦੁੱਧ ਵਾਲੀ ਇਹ ਕਰਾਸ ਨਹੀਂ ਹੋਈ, ਪਹਿਲਾ ਵਾਰਾ ਦੁੰਦੀ ਹੈ, ਇਹ ਥੱਲੇ ਨਰੇ, ਠੀਕ ਹੈ, ਇਹ ਥੱਲੇ ਨਰੇ, ਠੀਕ ਹੈ, ਇਹਦਾ ਇਹ ਨਰੇ, ਇਹ ਸਿਰਫ ਦੁੱਧ ਦੇ ਰਹੀ ਹੈ 2-2.5 ਲੀਟਰ ਦੋਵਾਂ ਟਾਈਮਾਂ ਦਾ, ਕੂੜ ਝੂਠ ਵਾਲੀ ਗੱਲ ਕੋਈ ਨਹੀਂ, ਜਿਹੜੀ ਇਹ ਬੱਕਰੀ ਹੈ, ਠੀਕ ਹੈ, ਇਹ ਗੱਭਣ ਹੈ, ਮਾਸ਼ਾਅੱਲਾ ਇਹਦਾ ਹਵਾਨਾ ਦਿਖਾ ਬਈ, ਇਹ ਦੇਖ ਇਹਦਾ ਤਕਰੀਬਨ 1.5-2 ਲੀਟਰ ਦੁੱਧ ਹੈ ਦੋਵਾਂ ਟਾਈਮਾਂ ਦਾ, ਇਹ 3-3.5 ਮਾਂ ਦੀ, ਇਹ ਵੀ ਗੱਭਣ, ਮੇਰੀ ਗਰੰਟੀ ਹੋ ਸੀ, ਠੀਕ ਹੈ, ਇਹ ਤੁਹਾਨੂੰ ਜੋੜਾ ਮਿਲ ਸੀ, ਇਹ ਵੀ 1,90,000 ਰੁਪਏ ਦਾ,
190,000 ਰੁਪਏ ਦਾ ਇਹਦੇ ਪਿਆਰ ਮੁਹੱਬਤ ਨਾ ਕਰੇ ਸਾਂ, ਬਿਸ਼ੱਕ ਕੋਈ ਰਾਬਤਾ ਕਰੇ ਜਾਂ ਨਾ ਕਰੇ। ਇਹ ਬੱਕਰੀ ਇਕੱਲੀ ਗਿਣਸੋ ਅਤੇ ਉਹ ਬਰੇਡਰ ਗਿਣਸੋ, 100,000 ਰੁਪਏ ਦਾ ਦੇ ਸਾਂ। ਇਹ ਅਗਰ ਬੱਕਰੀ ਇਕੱਲੀ ਗਿਣਸੋ, ਠੀਕ ਹੈ, ਇਹ ਤੁਹਾਨੂੰ ਦੇ ਸਾਂ ਸਿਰਫ 90,000 ਰੁਪਏ ਦੀ। ਇਹਦਾ ਹਵਾਨਾ ਜੋੜ ਕੇ ਦਿਖਾ, ਮਾਸ਼ਾਅੱਲਾ, ਇਹ ਦੇਖੋ ਜੀ, ਠੀਕ ਹੈ। ਆਖਿਰ 'ਤੇ ਵੀਡੀਓ ਦੀ ਆਖਿਰ 'ਤੇ ਤੁਹਾਨੂੰ ਮੈਂ ਚੋਈ ਕਰਕੇ ਵੀ ਦਿਖੇ ਸਾਂ। ਇੱਕ ਬੈਰ ਛੋੜਾ, ਉਹ ਜਿਹੜੇ ਫਲ ਨਹੀਂ ਪਏ ਢੱਕੇ, ਇਹ ਫਲ, ਇਹ ਨਹੂੰ ਵੜ ਕੇ ਮੈਂ ਪਹੁੰਚਾ ਦੇ। ਅੱਛਾ, ਇਹ ਬੱਕਰੀ ਅਤੇ ਉਹ ਨਰ, ਇਹ ਨਰ ਛੋਟਾ, ਠੀਕ ਹੈ। ਇਹ ਗਿਲਗਿਤ ਬਲਗਿਸਤਾਨ ਸੇਲ ਹੋਇਆ ਖੜ੍ਹਾ, ਮੁਹੰਮਦ ਅਲੀ ਨੇ ਇਹ ਖਰੀਦੀ ਹੋਈ ਹੈ ਬੱਕਰੀ। ਇਹਦੇ ਵਾਸਤੇ ਵੀ ਤੁਸੀਂ ਸਕਰੀਨਸ਼ਾਟ ਨੰਬਰ ਇਸ, ਠੀਕ ਹੈ, ਇਨਸ਼ਾਅੱਲਾ। ਅੱਛਾ, ਰਹਿ ਗਈ ਇਹ ਪੱਠ, ਇਹ ਜਿਹੜੀ ਪੱਠ ਹੈ, ਠੀਕ ਹੈ, ਮਾਸ਼ਾਅੱਲਾ ਲਾਗ ਪੱਠ ਹੈ, ਠੀਕ ਹੈ। ਇਹਦੀ ਉਮਰ 7-8 ਮਾਹ ਹੈ। ਇਹ ਤੁਹਾਨੂੰ ਦੇ ਸਾਂ ਮੈਂ 50,000 ਰੁਪਏ ਦੀ। ਇਹਦੇ 'ਚ ਪਿਆਰ ਮੁਹੱਬਤ ਮੈਂ ਕਰ ਗਿਣ ਸਾਂ, ਪਹਿਲੇ ਆਦਾਂ ਖਾਣਾ 50,000 ਰੁਪਏ ਦੀ। ਇਹਦੇ 'ਚ ਪਿਆਰ ਮੁਹੱਬਤ ਮੈਂ ਕਰ ਗਿਣ ਸਾਂ, ਕੋਈ ਮਸਲੇ ਕੋ ਨਹੀਂ। ਅੱਛਾ, ਇਹ ਬਰੀਡਰ ਖੜ੍ਹਾ ਹੈ, ਸਭ ਤੋਂ ਪਹਿਲੇ ਇੱਕ ਲਾਲ ਪੱਠ ਤੁਹਾਨੂੰ ਦਿਖਾਈ ਹੈ ਛੋਟੀ, ਇਹ ਉਹਦੇ ਨਾਲ ਕੱਚਾ ਪੱਕਾ ਸੌਦਾ ਥੀਆ ਹੋਏ, ਠੀਕ ਹੈ, ਕੱਚਾ ਪੱਕਾ ਉਹਦੇ ਨਾਲ ਸੌਦਾ ਥੀਆ ਹੋਏ। ਅਗਰ ਉਹਦੇ ਪੈਸੇ ਆਵੇ ਸਨ ਤਾਂ ਠੀਕ ਹੈ, ਨਾ ਆਏ ਤਾਂ ਅਸਾਂ ਬਾਅਦ ਸੇਲ ਕਰੇ ਸੂ, ਕਿਉਂਕਿ ਜਿਸ ਨਾਲ ਜ਼ਬਾਨ ਹੋ ਵਣੇ ਅਸਾਂ ਜ਼ਬਾਨ ਕੋ ਪਾਣੀ ਦੇਣੇ ਹੈ, ਇਹ ਨਾ ਬਈ। ਅੱਛਾ, ਇਹ ਬੱਕਰੀ ਦਿਖਾ ਬਈ ਜੋੜ ਕੇ, ਠੀਕ ਹੈ, ਮਾਸ਼ਾਅੱਲਾ, ਇਹ ਹੁਣ ਫੁੱਲ ਦੁੱਧ ਕੱਢਦੀ ਆਉਂਦੀ ਹੈ। ਇਹਦਾ ਹਵਾਨਾ ਦੇਖੋ, ਠੀਕ ਹੈ, ਇਹ ਤੱਲੇ ਨਰਮ ਆ ਦੀਏ, ਇਹ ਤੱਲੇ ਨਰਮ ਆ ਦੀਏ, ਠੀਕ ਹੈ, ਇਹ ਨਰ ਏ, ਠੀਕ ਹੈ, ਇਹ ਮਾਦੀ ਏ, ਠੀਕ ਹੈ। ਇਹ ਦੂਜਾ ਵਾਰਾ ਸੂਈ ਖੜੀ ਹੈ। ਫਿਲਹਾਲ ਇਹਦਾ ਦੁੱਧ 3-4 ਲੀਟਰ ਹੈ, ਕਿਉਂਕਿ ਅੱਜ ਚੌਥਾ ਦਿਨ ਹੈ, ਇਹ ਬੱਕਰੀ ਸੂਈ ਪਈ ਹੈ ਚੌਥਾ ਦਿਨ ਹੈ। ਇਹਦਾ ਮੈਂ ਹਿੱਕਾ ਰਾਈਡ ਕਰਾਂਦਾ ਪਿਆ, ਅਗਰ ਕੋਈ ਵੀ ਰਾਹ ਗਿਣ ਸੀ ਤਾਂ ਠੀਕ ਹੈ, ਨਾ ਗਿਣ ਸੀ ਤਾਂ ਆਪਣਾ ਰਿਜ਼ਕ ਅੱਲਾਹ ਦਾ ਰਿਜ਼ਕ ਖੜ੍ਹਾ ਘਰ, ਠੀਕ ਹੈ। ਪਹਿਲੇ ਇਹਨਾਂ ਦੀ ਇਹਦੀ ਮੈਂ ਕੀਮਤ ਕੀਤੀ 1,40,000 ਰੁਪਏ, ਹੁਣ ਤੁਹਾਨੂੰ ਮੈਂ ਦੇ ਦੱਸਾਂ 1,20,000 ਰੁਪਏ ਦੀ। ਇਨਸ਼ਾਅੱਲਾ ਰਾਬਤਾ ਕਰੇ ਸੋ ਤਾਂ ਬਲਾਈ ਤੁਹਾਡੇ ਨਾਲ ਪਿਆਰ ਮੁਹੱਬਤ ਕਰ ਗਿਣ ਸਾਂ, ਟੈਨਸ਼ਨ ਵਾਲੀ ਗੱਲ ਕੋਈ ਨਹੀਂ। ਕੋ ਬਾਹਰ ਸੱਟੀਆ ਇਹਨਾਂ ਕੋਲ ਢੱਕੀ ਆ, ਠੀਕ ਹੈ, 1,20,000 ਰੁਪਏ ਦੀ, ਠੀਕ ਹੈ। ਇਨਸ਼ਾਅੱਲਾ ਇਹ ਵਿੱਚ 5-6 ਲੀਟਰ ਤੱਕ ਦੁੱਧ ਦੇਵਣ ਵਾਲੀ ਹੈ, ਤੱਲੇ ਵੀ ਨਰਮ ਆ ਦੀ ਹੈ, ਦੇਖ ਕੇ ਦਿਓ ਸੀ ਤੁਸੀਂ, ਠੀਕ ਹੈ। ਕੱਪੜਾ ਚਾਹ। ਅੱਛਾ, ਅਸਾਂ ਹੁਣ ਇਹਨਾਂ ਦਾ ਨਾਸ਼ਤਾ ਕਰਵਾਉਂਦੇ ਪਏ। ਅੱਜ ਤੁਹਾਨੂੰ ਮੈਂ ਵੀਡੀਓ ਤੁਸੀਂ ਬਿਲਕੁਲ ਬੰਦ ਨਹੀਂ ਕਰਨੀ, ਠੀਕ ਹੈ, ਅੱਜ ਤੁਹਾਨੂੰ ਬੱਕਰੀਆਂ ਦੀ ਚੋਈ ਵੀ ਨਾਲ ਨਾਲ ਦਿਖਾਈ ਦਾ ਸਾਂ। ਹਾਂ ਹਾਂ, ਇਹ ਕੁ ਜ਼ਿਆਦਾ ਨਾ ਘੱਟਾ ਕਰੋ, ਇਹ ਵਾਲਾ 50 ਸੱਟੇ ਦੇ ਘਾਹ। ਅੱਛਾ, ਮੇਰਾ ਕਾਲ ਨੰਬਰ ਤੁਸੀਂ ਲਿਖਦੇ ਰਹੋ ਥੋੜ੍ਹਾ ਥੋੜ੍ਹਾ, ਠੀਕ ਹੈ, 0311, ਠੀਕ ਹੈ, 784-37-34, ਇਹ ਮੇਰਾ ਕਾਲ ਨੰਬਰ ਹੈ। ਜਿਹੜਾ ਮੇਰਾ ਵਟਸਐਪ ਨੰਬਰ ਹੈ ਉਹ ਹੀ ਲਿਖ ਗਿਣੋ, 0346-658-97-16। ਅੱਛਾ, ਇਹ ਵੱਡਾ ਬਰੀਡਰ ਖੜ੍ਹੇ, ਠੀਕ ਹੈ, ਫੁੱਲ ਤਿਆਰ, ਠੀਕ ਹੈ। ਇਹਦੇ ਤਾਂ ਇਨਸ਼ਾਅੱਲਾ ਤੁਸੀਂ ਸਕਰੀਨ ਸ਼ਾਟ ਮਰੇ ਸੋ ਤਾਂ ਇਹਦੇ ਤੁਹਾਡੇ ਨਾਲ ਸੌਦਾ ਵੱਟਾ ਕਰ ਗਿਣ ਸਾਂ, ਲੇਕਿਨ ਇਹ ਬਹੁਤ ਵਜ਼ਾ ਨਹੀਂ ਸੀ, ਠੀਕ ਹੈ।
ਬਿਸਮਿਲ੍ਲਾਹ ਰਹਿਮਾਨ ਰਹੀਮ। ਨਾਸ਼ਤਾ ਇਹਨਾਂ ਕੋਲ ਥੋੜ੍ਹਾ, ਇਹ ਵਾਲਾ ਗਰਮੀ ਦੀ ਵਜ੍ਹਾ ਕੋਲ ਨਾ ਖਾਣੀਆਂ ਨਹੀਂ ਪਈਆਂ, ਠੀਕ ਹੈ। ਗਰਮੀ ਦੀ ਵਜ੍ਹਾ ਕੋਲ ਨਾ ਇਹ ਖਾਣੀਆਂ ਨਹੀਂ ਪਈਆਂ ਸਹੀ, ਠੀਕ ਹੈ। ਆਵਣ ਡੇ ਬਈ, ਆਵਣ ਡੇ, ਆਵਣ ਡੇ, ਬਾਲਟੀ 'ਤੇ ਚਾਹ ਵਾ ਬਈ। ਆ ਵੀ ਸਾਵਣ ਇਹ ਗੁਣਾ ਆਪਾਂ ਪਹਿਲੇ ਪਹਿਲੇ ਇਹ ਦੇਖੋ ਜੀ, ਮਾਸ਼ਾਅੱਲਾ ਇਹ 10 ਕਿਲੋ ਦੀ ਬਾਲਟੀ ਹੈ, ਠੀਕ ਹੈ। ਇਹ ਹੁਣ ਥੋੜ੍ਹਾ ਥੋੜ੍ਹਾ ਦਵਾਈ ਕਰੇ ਸਾਂ, ਇਨਸ਼ਾਅੱਲਾ ਇਹ ਪੂਰਾ ਥੀ ਵੈਸੀ। ਜਰਦੀ ਨਹੀਂ ਜਰਦੀ, ਬਿਸਮਿਲ੍ਲਾਹ ਰਹਿਮਾਨ ਰਹੀਮ। ਪਹਿਲੇ ਇਵੇਂ ਤੁਸੀਂ ਕਰ ਕਿੱਦਾਂ ਕਰੋ, ਇਹ ਥੋੜ੍ਹਾ ਥੋੜ੍ਹਾ ਨਾ ਹੱਥ ਦੇ ਉੱਤੇ ਮਲ ਕੇ ਨਾ ਇਹ ਥੋੜ੍ਹਾ ਮਸਲ ਕਿੱਦਾਂ ਕਰੋ, ਤਾਂ ਕਿ ਇਹ ਕੂਲੇ ਹੀ ਥੀ ਵਜੇ, ਦਰਦ ਸ਼ਰਦੀ ਕੁ ਨੱਥੀ ਵੇ, ਅਤੇ ਮਾਸ਼ਾਅੱਲਾ ਸੰਗ ਦੀ ਵੀ ਆਸੀ, ਠੀਕ ਹੈ। ਬਿਸਮਿਲ੍ਲਾਹ ਰਹਿਮਾਨ ਰਹੀਮ। ਇਹਦੇ ਦੋ ਬੱਚੇ ਨੇ, ਅਸਾਂ ਵਲਾ ਇਹਦਾ ਦੁੱਧ ਕੱਢਦੇ ਰਹਿੰਦੇ, ਕਿਉਂਕਿ ਬੱਚਿਆਂ ਤੋਂ ਜ਼ਿਆਦਾ ਥੀ ਪੈਂਦਾ, ਅਗਰ ਅਸਾਂ ਜ਼ਿਆਦਾ ਬੱਚਿਆਂ ਨੂੰ ਪਿਲਾਉਣ ਨਾ ਮੋਸ਼ਨ ਲੱਗ ਪੈਂਦੇ, ਠੀਕ ਹੈ।
Thank you.